ਯੂਕਰੇਨ ਵਿੱਚ ਲਗਾਤਾਰ ਵਿਗੜਤੇ ਹਾਲਾਤਾਂ ਨੂੰ ਵੇਖਦੋਏ ਪੋਲੈਂਡ ਵੱਲੋਂ ਯੂਕਰੇਨ ਨੂੰ ਫਾਈਟਰ ਪਲੇਨ ਭੇਜ ਕੇ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ ਪਰ ਅਮਰੀਕਾ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ ਯੂਕਰੇਨ ਵਿੱਚ ਲਗਾਤਾਰ جاری ਹਮਲਿਆਂ ਦੇ ਵਿਚਕਾਰ ਪੋਲੈਂਡ ਨੇ ਕਿਹਾ ਹੈ ਕਿ ਉਹ ਆਪਣੇ ਸਾਰੇ ਮਿਗ 29 ਫਾਈਟਰ ਜਹਾਜ਼ ਅਮਰੀਕਾ ਦੇ ਰਸਤੇ ਯੂਕਰੇਨ ਨੂੰ ਦੇਣ ਨੂੰ ਤਿਆਰ ਹੈ ਤੇ ਇਹਨਾਂ ਨੂੰ ਜਰਮਨੀ ਸਥਿਤ ਅਮਰੀਕੀ 에ਅਰਬੇਸ ਤੇ ਭੇਜਿਆ ਜਾਏਗਾ ਜਿਸ ਤੋਂ ਬਾਅਦ ਇਹਨਾਂ ਦਾ ਇਸਤੇਮਾਲ ਯੂਕਰੇਨ ਦੀ ਸੈਨਾ ਕਰ ਸਕੇਗੀ ਪਰ ਇਸ جنگ ਦੇ ਵਿਚਕਾਰ ਪੋਲੈਂਡ ਦੇ ਕਦਮ ਨੂੰ ਲੈ ਕੇ ਅਮਰੀਕਾ ਨੇ ਹੈਰਾਨੀ ਜ਼ਾਹਰ ਕੀਤੀ ਹੈ ਅਮਰੀਕਾ ਨੇ ਇਸ ਨੂੰ ਹੈਰਾਨ ਕਰਨ ਵਾਲਾ ਕਦਮ ਦੱਸਿਆ ਅਮਰੀਕਾ ਨੇ ਯੂਕਰੇਨ ਦੇ ਲਈ ਰੂਸ ਨਿਰਮਿਤ ਲੜਾਕੂ ਜਹਾਜ਼ ਦੇਣ ਦੇ ਲਈ ਪੋਲੈਂਡ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ